लंगर दे मामले च जू जा सुके प्रशादे वो प्रशादे जिहड़े लंगर च बच जाते ने जूठे दाल चोकर जो कुछ बचता है ओनू अतई जी से सानू भी इतों ही पैसा बनता है। सच्ची गल है मैं कई इंटरव्यू चीफ सैकटरी नूं कीते सी मैनू अज पता लगे कि अजे भी करोड़ा रुपए च भी बनता है ते बनिया कदों 2019 तों लैके 22 तक जांच कमेटी की रिपोर्ट आ गई होया तां इह कि इन्होंने बेचता जिहड़ी उस इंडस्ट्री नूं जिहने गाह पाओ सीट बनाउणा है लेकिन पैसा जमा नहीं कराया। और कमाल यह है एक नहीं 51 बंदे 51 ਇਹਦੇ ਵਿੱਚ ਮੇਰੀ ਭਗਤ 51 ਬੰਦਿਆਂ ਦੀ ਮੈਨੇਜਰਾਂ ਦੀ ਸਟੋਰ ਕੀਪਰਾਂ ਦੀ ਇੰਸਪੈਕਟਰਾਂ ਦੀ ਸਭ ਦੀ ਤੇ ਹੁਣ ਇਹਨਾਂ ਨੇ ਵੀ ਐਕਸ਼ਨ ਧਾਮੀ ਸਾਹਿਬ ਨੇ ਤੱਤੇ ਕਾ ਸਾਰੇ ਤੇ ਲੈਣੇ ਦੋ ਤਾਂ ਪਹਿਲੇ ਹੀ ਸਟੋਰ ਕੀਪਰ ਜਿਹੜੇ ਲੱਗਦਾ ਸੀ ਮੁੱਖ ਸਾਜ਼ਿਸ਼ ਘਾੜੇ ਨੇ ਉਹਨਾਂ ਨੂੰ ਤਾਂ ਪਹਿਲੇ ਹੀ ਮਤਲਬ ਦਿੱਤਾ ਸੀ 51 ਨੂੰ ਹੋਰ ਕਰਤਾ ਜਿਹੜੀ ਹੁਣ ਟੋਟਲ 51 ਬੰਦਿਆਂ ਨੂੰ ਇਸ ਮਾਮਲੇ ਦੇ ਵਿੱਚ ਜਿਹਦੇ ਵਿੱਚ ਕਰੋੜ ਜਾਂ 93 ਲੱਖ ਰੁਪਏ ਦਾ ਜਿਹੜੀ ਜਾਂਚ ਕਮੇਟੀ ਕਹਿੰਦੀ ਹੈ ਹੇਰਾ ਫੇਰੀ ਕੀਤੀ ਗਈ ਹੈ ਸੁੱਕੀਆਂ ਰੋਟੀਆਂ ਚ ਜਿਹਦੇ ਬਾਰੇ ਮਾਨ ਸਾਹਿਬ ਨੇ ਟਵੀਟ ਕੀਤਾ ਸੀ ਸੱਚੇ ਦਰਬਾਰ ਦੀ ਜਿਹੜੀ ਝੂਠ ਤੁਸੀਂ ਉਹਦੇ ਚ ਕਪੜਾ ਕੀਤਾ ਔਰ 8 ਮੈਨੇਜਰ ਸਸਪੈਂਡ ਕੀਤੇ ਨੇ 6 ਸੁਪਰਵਾਈਜ਼ਰ 35 ਇੰਸਪੈਕਟਰ 2 ਸਟੋਰ ਕੀਪਰ ਪਹਿਲੇ ਜਿਹੜੇ ਸਸਪੈਂਡ ਸੀ ਤੇ ਕੋਈ ਤਾਂ ਬਚਿਆ ਹੋਵੇ ਕਮਾਲ ਹੀ ਹੈ ਇਹਦਾ ਮਤਲਬ ਜੇ ਐਡੀ ਵੱਡੀ ਗਿਣਤੀ ਚੱਲ ਰਿਹਾ ਫੜੇ ਹੋਣਗੇ ਪੁਰਾਣੀ ਗੱਲ ਵੀ ਦੱਸ ਦਿਓ ਉਦੋਂ ਕੀ ਪੈਸਾ ਜਮ੍ਹਾਂ ਕਰਾਇਆ ਉਹ ਵੀ ਜਨਤਾ ਨੂੰ ਦੱਸਣਾ ਚਾਹੀਦਾ ਹੈ। ਸੋ ਇਹ ਕੁਛ ਉੱਥੇ ਹੋਇਆ ਤੇ ਹੁਣ ਇੱਕ ਨਵੀਂ ਡਿਵੈਲਪਮੈਂਟ ਹੈ ਭਗਵੰਤ ਸਿੰਘ ਧੰਗੇੜਾ ਨੂੰ ਲਾਤਾ ਸ੍ਰੀ ਦਰਬਾਰ ਸਾਹਿਬ ਦਾ ਮੈਨੇਜਰ ਕਿਉਂਕਿ ਜਿਹੜਾ ਮੱਤਲ ਮੈਨੇਜਰ ਸਤਨਾਮ ਸਿੰਘ ਮਾਂਗਸਰਾਏ ਹੈ ਉਹ ਤਾਂ ਮੱਤਲ ਹੋ ਗਿਆ ਵੈਸੇ ਵੀ ਉਹਨੇ ਰਿਟਾਇਰ ਹੋ ਜਾਣਾ ਸੀ। ਸੋ ਇਸ ਤਰ੍ਹਾਂ ਵਧੀਕ ਮੈਨੇਜਰ ਨਿਸ਼ਾਂਤ ਸਿੰਘ ਲਾਇਆ ਜਿਹਨੂੰ ਸਰਾਵਾਂ ਦੀ ਜ਼ਿੰਮੇਵਾਰੀ ਦਿੱਤੀ ਹੈ। ਸੋ ਹਰ ਰੋਜ਼ ਕੋਈ ਨਾ ਕੋਈ ਖ਼ਬਰ ਜਿਹੜੀ ਹੈ ਉੱਥੇ ਬਣਦੀ ਹੈ ਆਪਾਂ ਇਹ ਦੇਖਿਆ।